ਪੰਜਾਬ ਸਰਕਾਰ ਵੱਲੋਂ CAG ਦੀ ਰਿਪੋਰਟ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਹੈ। ਪਹਿਲੇ ਤਾਂ ਸਾਰਾਣੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਰਿਪੋਰਟ ਪੇਸ਼ ਕੀਤੀ। ਮੈਨੂੰ ਪਤਾ ਲੱਗਾ ਕਿ ਪਹਿਲਾਂ ਕਈ ਸਾਲ ਇਹ ਰਿਪੋਰਟ ਪੇਸ਼ ਨਹੀਂ ਕੀਤੀ ਜਾਂਦੀ ਸੀ। ਇਸ ਤੋਂ ਉਹ ਗੱਲ ਫਿਰ ਦੁਬਾਰਾ ਉੱਭਰ ਕੇ ਉਹਦੀ ਪ੍ਰੋੜਤਾ ਹੋਈ ਹੈ ਕਿ ਪੰਜਾਬ ਇੱਕ ਬਹੁਤ ਵੱਡੇ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ, ਫਿਸਕਲ ਸਟ੍ਰੈਸ 'ਚੋਂ ਗੁਜ਼ਰ ਰਿਹਾ। ਉਹਦੇ ਕਈ ਅੰਕੜੇ ਆਏ ਨੇ। ਜਿਹੜਾ ਪਬਲਿਕ ਡੈਟ ਹੈ ਉਹ ਹੁਣ ਪੰਜਾਬ ਦਾ 44% ਹੋ ਗਿਆ ਗਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਦਾ, ਜਿਹਦੀ ਕਿ ਗਾਈਡਲਾਈਨਸ ਹੈ ਕਿ 20% ਹੋਣਾ ਚਾਹੀਦਾ, ਦੁੱਗਣਾ ਹੋ ਗਿਆ। ਅਤੇ ਜਿਹੜਾ ਟਾਰਗੇਟ ਸੀ ਰੈਵੀਨਿਊ ਡੈਫੀਸਿਟ ਦਾ 2% ਆਫ GSDP, ਉਹ ਵੀ ਦੁੱਗਣਾ ਹੋ ਗਿਆ 4%। ਸਾਨੂੰ ਪੰਜਾਬ ਨੂੰ ਜਿਹੜਾ ਪਹਿਲਾਂ ਹੀ 2,82,000 ਕਰੋੜ ਦਾ ਕਰਜ਼ਾ ਸੀ, ਅਤੇ 2 ਸਾਲਾਂ ਦੇ ਵਿੱਚ 90,000 ਕਰੋੜ ਦਾ ਹੋਰ ਕਰਜ਼ਾ ਚੁੱਕਣਾ ਪਿਆ। ਭਾਵੇਂ ਉਹ ਇੱਕ ਹੋਰ ਗੱਲ ਹੈ ਕਿ ਜਿਹੜੀ 22% ਆਫ ਦੀ ਟੋਟਲ ਰੈਵੀਨਿਊ ਹੈ ਪੰਜਾਬ ਦਾ, ਉਹ ਸਟੇਟ ਗੌਰਮੈਂਟ ਦਾ ਇੰਟਰਸਟ ਪੇਮੈਂਟ 'ਤੇ ਦੇਣਾ ਪੈਂਦਾ। ਤੋ ਇੰਨੀ ਨਾਜ਼ੁਕ ਸਥਿਤੀ 'ਚੋਂ ਜਦੋਂ ਪੰਜਾਬ ਗੁਜ਼ਰ ਰਿਹਾ, ਔਰ ਨਾਲ ਹੀ ਰੈਵੀਨਿਊ ਵੀ ਵਧਿਆ, GST ਦਾ ਰੈਵੀਨਿਊ ਵਧਿਆ, ਹੋਰ ਰੈਵੀਨਿਊ ਵਧਿਆ, 11% ਰੈਵੀਨਿਊ ਵਧਿਆ, ਪਰ ਨਾਲ ਹੀ ਜਿਹੜਾ ਐਕਸਪੈਂਡੀਚਰ ਵੀ ਵਧਿਆ 13%। ਔਰ ਕਿਉਂਕਿ ਇਹ ਸਾਰਾ ਜਿੱਥੇ 1/4 ਸਟੇਟ ਦਾ ਰੈਵੀਨਿਊ ਪੁਰਾਣੇ ਖਾਲੀ ਇੰਟਰਸਟ ਦਿੱਤਾ ਜਾ ਰਿਹਾ, ਔਰ 90,000 ਕਰੋੜ ਹੋਰ ਸਾਨੂੰ ਜਿਹੜਾ ਡੈਟ ਚੁੱਕਣਾ ਪਿਆ। ਮੈਂ ਸਮਝਦਾ ਇਹ ਜਿਹੜਾ ਫਿਸਕਲ ਡੈਫੀਸਿਟ ਹੈ ਇਹ ਇਕੱਲੇ ਪੰਜਾਬ ਦਾ ਨਹੀਂ ਹੈ, ਇਹ ਇੰਡੀਆ ਦਾ ਫਿਸਕਲ ਡੈਫੀਸਿਟ ਹੈ। ਪੰਜਾਬ ਭਾਰਤ ਦਾ ਅਭਿੰਨ ਅੰਗ ਹੈ, ਪੰਜਾਬ ਭਾਰਤ ਦਾ ਦਿਲ ਹੈ, ਪੰਜਾਬ ਭਾਰਤ ਦੀ ਫੂਡ ਬਾਸਕਿਟ ਹੈ, ਪੰਜਾਬ ਬਾਰਡਰਾਂ 'ਤੇ ਭਾਰਤ ਦੀ ਰੱਖਿਆ ਕਰਦਾ ਹੈ, ਪੰਜਾਬ ਹਰ ਤਰੀਕੇ ਦੇ ਨਾਲ। ਔਰ ਇਹ ਜਦੋਂ ਪੰਜਾਬ ਦੇ ਵਿੱਚ ਜੋ ਵੀ ਇੱਕ ਟੈਰਰਿਜ਼ਮ ਦਾ ਦੌਰਾਨ ਇੱਕ ਤਸ਼ੱਦਦ ਪੀਰੀਅਡ ਸੀ, ਇੱਕ ਬਹੁਤ ਹੀ ਘਨੌਣਾ ਸਮਾਂ ਸੀ, ਉਦੋਂ ਤੋਂ ਇਹ ਐਕਿਮੂਲੇਟ ਹੁੰਦਾ ਗਿਆ। ਹੁਣ ਜਿੱਥੇ ਪੰਜਾਬ ਸਰਕਾਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ, ਉੱਥੇ ਮੈਂ ਪਾਰਲੀਮੈਂਟ 'ਚ ਵੀ ਇਹ ਬੇਨਤੀ ਕੀਤੀ ਸੀ ਹੱਥ ਜੋੜ ਕੇ ਕੇਂਦਰ ਸਰਕਾਰ ਨੂੰ, ਵਿੱਤ ਮੰਤਰੀ ਨੂੰ, ਪ੍ਰਧਾਨ ਮੰਤਰੀ ਜੀ ਨੂੰ, ਕਿ 8500 ਕਰੋੜ ਰੁਪਏ ਦਾ ਫੰਡ ਇਸ ਟਾਈਮ ਸੈਂਟਰਲ ਗੌਰਮੈਂਟ ਕੋਲ ਪੈਂਡਿੰਗ ਪਿਆ, ਜਿਹਦੇ 'ਚੋਂ 5600 ਕਰੋੜ ਰੁਪਇਆ ਰੂਰਲ ਡਿਵੈਲਪਮੈਂਟ ਫੰਡ ਹੈ। ਉਹ ਮੈਂ ਦੋਨਾਂ ਪਾਸੇ ਹੀ ਬੇਨਤੀ ਕਰਦਾ, ਪੰਜਾਬ ਸਰਕਾਰ ਨੂੰ ਵੀ, ਮੁੱਖ ਮੰਤਰੀ ਸਾਹਿਬ ਬਹੁਤ ਸਿਆਣੇ ਨੇ, ਸੂਝਵਾਨ ਨੇ, ਔਰ ਵਿੱਤ ਮੰਤਰੀ ਸਾਹਿਬ ਦੀ ਮੈਂ ਬਹੁਤ ਸ਼ਲਾਘਾ ਕਰਦਾ, ਸਰਦਾਰ ਹਰਪਾਲ ਸਿੰਘ ਚੀਮਾ ਜੀ ਦੀ, ਉਹ ਕਿਵੇਂ ਮੈਨੇਜ ਕਰ ਰਹੇ ਨੇ, ਆਰਟੀਕੁਲੇਟਲੀ ਮੇਰੀ ਗੱਲ ਵੀ ਹੁੰਦੀ ਰਹਿੰਦੀ ਹੈ ਉਹਨਾਂ ਨਾਲ, ਇਸ ਸੰਕਟ ਦੇ ਵਿੱਚ ਰਿਸੋਰਸਿਸ ਨੂੰ ਆਪਟੀਮਲੀ ਐਲੋਕੇਟ ਕਰਨਾ, ਚਲਾਉਣਾ। 5600 ਕਰੋੜ ਰੂਰਲ ਡਿਵੈਲਪਮੈਂਟ ਫੰਡ ਦਾ ਪੈਂਡਿੰਗ ਹੈ, ਉਹ ਮੈਟਰ ਸਬਜੂਡਿਸ ਹੋ ਗਿਆ। 1000 ਕਰੋੜ ਰੁਪਇਆ ਨੈਸ਼ਨਲ ਹੈਲਥ ਮਿਸ਼ਨ 'ਚ ਮਿਲਣਾ ਚਾਹੀਦਾ ਸੀ, ਕੋਈ ਨਾਮ ਦੇ ਲੈ ਕੇ ਕੋਈ ਛੋਟਾ ਜਿਹਾ ਨੁਕਤੇ 'ਤੇ ਕੰਮ ਅੜਿਆ। ਅਤੇ ਇਹ ਜਿਹੜਾ 1837 ਕਰੋੜ ਰੁਪਈਆ, ਇਹ ਸਪੈਸ਼ਲ ਅਸਿਸਟੈਂਸ ਟੂ ਸਟੇਟ ਫਾਰ ਕੈਪੀਟਲ ਇਨਵੈਸਟਮੈਂਟ, ਜਿਹਦੇ 'ਚ ਸਾਡੀ ਸੜਕਾਂ ਬਣ ਸਕਦੀਆਂ, ਇਨਫਰਾਸਟ੍ਰਕਚਰ ਬਣ ਸਕਦੀ ਹੈ, ਉਹ ਵੀ ਰਿਲੀਜ਼ ਨਹੀਂ ਹੋਇਆ। ਔਰ ਉੱਤੋਂ ਪੰਜਾਬ ਹਰ ਸਾਲ 650 ਕਰੋੜ ਰੁਪਈਆ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਹੁੰਦੀ ਹੈ, ਜਦੋਂ ਅਸੀਂ ਕਣਕ
ਔਰ ਝੋਨਾ ਸੈਂਟਰਲ ਪੂਲ ਲਈ ਖਰੀਦਦੇ ਹਾਂ, ਉਹ ਜਿਹੜੀ ਸਾਡੀ ਇੰਟਰਸਟ ਰੇਟ ਹੈ ਬੈਂਕਾਂ ਨੂੰ ਅਸੀਂ ਦਿੰਦੇ ਹਾਂ, ਉਹ ਫੂਡ ਕਾਰਪੋਰੇਸ਼ਨ ਦੇ ਇੰਟਰਸਟ ਰੇਟ ਤੋਂ ਜ਼ਿਆਦਾ ਹੈ, 650 ਕਰੋੜ ਉਹਦੇ 'ਚ ਦੇਣਾ ਪੈ ਰਿਹਾ। ਪਿੱਛੇ ਥੋੜ੍ਹੀ ਜਿਹੀ ਇੰਟਰਸਟ ਰੇਟ ਘੱਟ ਕਰਾਈ ਸੀ, ਮੈਂ ਵੀ ਵਿੱਤ ਮੰਤਰੀ ਜੀ ਨੂੰ ਮਿਲਿਆ ਸੀ, ਉਹਨਾਂ ਨੇ ਉਦੋਂ ਕਿਹਾ ਸੀ ਫਾਈਨੈਂਸ ਸੈਕਟਰੀ ਨੂੰ, ਲੇਕਿਨ ਫਿਰ ਵੀ 650 ਕਰੋੜ ਰੁਪਇਆ ਜਿਹੜਾ ਉਹਦੇ 'ਚ ਗੈਪ ਹੈ। ਮੈਂ ਸਮਝਦਾ ਇਹਦੇ 'ਚੋਂ ਗੱਲਬਾਤ ਰਾਹੀਂ ਸਾਰੇ ਮਸਲੇ ਹੱਲ ਹੋ ਸਕਦੇ ਹੈ। ਪਿੱਛੇ ਜਦੋਂ ਮੈਂ ਨਿਯੋਤਾ ਦਿੱਤਾ ਸੀ ਪੰਜਾਬ ਦੇ ਸਾਰੇ ਬਹੁਤ ਹੀ ਆਦਰਯੋਗ ਰਿਸਪੈਕਟਿਡ ਸਤਿਕਾਰਯੋਗ ਮੈਂਬਰ ਆਫ ਪਾਰਲੀਮੈਂਟ ਸਾਰੇ ਮੇਰੇ ਸੱਦੇ 'ਤੇ ਆਏ ਸੀ, ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ, ਸਾਰਿਆਂ ਨੇ ਕਿਹਾ ਕਿ ਪੰਜਾਬ ਲਈ ਸਾਨੂੰ ਇਕਸਾਰ ਖੜ੍ਹਾ ਹੋਣਾ ਚਾਹੀਦਾ, ਸਭ ਨੇ ਇੱਕ ਬੁਲੰਦ ਆਵਾਜ਼ ਦੇ ਵਿੱਚ ਕਿਹਾ। ਇਹਦੇ 'ਚੋਂ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਈਜ਼ਲੀ ਨੈਗੋਸ਼ੀਏਟ ਹੋ ਸਕਦਾ, ਉਹਦੇ 'ਚ ਕੋਈ ਅਨਡਿਸਪਿਊਟਿਡ ਅਮਾਊਂਟ ਹੈ, ਉਹ ਜਲਦੀ ਰਿਲੀਜ਼ ਹੋਣੀ ਚਾਹੀਦੀ। ਔਰ ਮੈਂ ਤਾਂ ਚਾਹੁੰਦਾ ਬਈ ਜੇ ਆਊਟ ਆਫ ਕੋਰਟ ਸੈਟਲਮੈਂਟ ਹੋ ਜਾਏ, ਕਿਉਂਕਿ ਉਹ ਪਤਾ ਨਹੀਂ ਹਜੇ ਤਾਂ ਡੇਟ 3 ਤਰੀਕ ਡੇਟ ਸੀ, ਉਹ ਡੇਟ ਹੀ ਨਹੀਂ ਲੱਗੀ। ਔਰ ਜਿਹੜਾ 1000 ਕਰੋੜ ਨੈਸ਼ਨਲ ਹੈਲਥ ਮਿਸ਼ਨ ਹੈ, ਇਹਦੇ 'ਚ ਜੋ ਨਾਂ ਉੱਤੇ ਹੀ ਕੋਈ ਨਾਂ ਔਰ ਕੋਈ ਹੋਰ ਛੋਟੇ ਜਿਹੇ ਬ੍ਰੈਂਡਿੰਗ 'ਤੇ ਨੁਕਤਾਚੀਨੀ ਹੈ, ਉਹਨੂੰ ਨਜਿੱਠਿਆ ਜਾ ਸਕਦਾ। ਪਰ ਜਿਹੜੀ ਇਹ ਕੈਸ਼ ਕ੍ਰੈਡਿਟ ਲਿਮਿਟ ਹੈ 650 ਕਰੋੜ, ਇਹਦੇ ਵਿਤਕਰਾ ਪੰਜਾਬ, ਅਸੀਂ ਕੋਈ ਚੀਜ਼ ਖਰੀਦ ਕੇ ਔਨ ਅਕਾਊਂਟ ਸੈਂਟਰ ਨੂੰ ਦੇ ਰਹੇ ਹਾਂ, ਵਾਈ ਪੰਜਾਬ ਸ਼ੁੱਡ ਸਫ਼ਰ 650 ਕਰੋੜ ਰੁਪੀਜ਼? ਅਤੇ ਜਿਹੜਾ 1837 ਕਰੋੜ ਹੈ ਜਿਹੜਾ ਕੈਪੀਟਲ ਇਨਵੈਸਟਮੈਂਟ 'ਤੇ ਪੈਂਡਿੰਗ ਪਿਆ, ਇਹ ਰਿਲੀਜ਼ ਹੋ ਜਾਵੇ, ਕਿਉਂਕਿ ਤਾਂ ਹੀ ਹੋਏਗਾ। ਜਿਵੇਂ ਹੁਣ ਕੇਂਦਰ ਸਰਕਾਰ ਨੇ ਦੀ ਸ਼ਲਾਘਾ ਵੀ ਮੈਂ ਕਰਦਾ ਕਿ ਉਹਨਾਂ ਨੇ ਪਿਛਲੇ ਹਫ਼ਤੇ ਰਾਜਪੁਰਾ ਪਟਿਆਲਾ ਇੰਡਸਟਰੀਅਲ ਜ਼ੋਨ ਜਿਹੜੇ ਦੇਸ਼ 'ਚ ਬਣਵਾਏ, ਉਹਦੇ 'ਚ ਇੱਕ ਪੰਜਾਬ 'ਚ ਵੀ, ਇਹ 1102 ਏਕੜ ਉੱਥੇ ਪਈ ਹੈ ਜ਼ਮੀਨ, ਉਹਦਾ ਅਨਾਊਂਸ ਕੀਤਾ, ਬਹੁਤ ਅੱਛੀ ਗੱਲ ਹੈ। ਲੇਕਿਨ ਉਹਦੇ ਫੰਡ ਰਿਲੀਜ਼ ਹੋ ਜਾਣ ਸੈਂਟਰਲ ਗਵਰਨਮੈਂਟ ਵੱਲੋਂ ਹੁਣੇ ਹੀ, ਅੱਧੇ ਸਾਲ 'ਚ, ਫਸਟ 6 ਮੰਥਸ 'ਚ, ਤਾਂ ਕਿ ਉੱਥੇ ਇਨਫਰਾਸਟ੍ਰਕਚਰ ਦਾ ਕੰਮ ਜਿਹੜਾ ਟ੍ਰੇਡ ਔਰ ਇੰਡਸਟਰੀ ਪ੍ਰਫੁੱਲਤ ਹੋ ਸਕੇ। ਨੌਕਰੀਆਂ ਪੰਜਾਬ ਦੇ ਵਿੱਚ ਰੋਜ਼ਗਾਰ ਦੀ ਕਮੀ ਹੈ, ਟ੍ਰੇਡ ਇੰਡਸਟਰੀ ਦੀ ਕਮੀ ਹੈ, ਬਾਰਡਰ ਸਟੇਟ ਹੈ। ਮੈਂ ਪਾਰਲੀਮੈਂਟ ਵਿੱਚ ਵਾਰ ਵਾਰ ਬਾਰਡਰ ਸਟੇਟ ਜਿਹੜੇ ਪੰਜਾਬ ਦੇ, ਉੱਥੇ ਸਬਸਿਡੀ ਦੀ ਮੰਗ ਕੀਤੀ ਹੈ। ਲੇਕਿਨ ਕੇਂਦਰ ਸਰਕਾਰ ਨੂੰ ਮੈਂ ਸਮਝਦਾ ਕਿ ਇੱਕ SOS ਬੇਸ 'ਤੇ ਪੰਜਾਬ ਦੇ ਇਹ ਜਿਹੜਾ ਵਿੱਤੀ ਸੰਕਟ ਹੈ, ਦੁਬਾਰਾ ਮੈਂ ਕਹਿ ਰਿਹਾ ਪੰਜਾਬ ਦਾ ਖਾਲੀ ਨਹੀਂ ਹੈ, ਇਹ ਦੇਸ਼ ਦਾ, ਇਹਦੇ ਲਈ ਇੱਕ SOS ਕਮੇਟੀ, ਇੱਕ SOS ਕੈਬਨਿਟ ਜਿਹੜੀ ਕਮੇਟੀ ਔਨ, ਜੋ ਵੀ ਇਹਦਾ ਇੱਕ ਗਰੁੱਪ SOS ਬਣਾਇਆ ਜਾਏ, ਔਰ ਤਾਂ ਕਿ ਪੰਜਾਬ ਨੂੰ ਫਰਦਰ ਜਿਹੜਾ ਪਤਨ ਹੋਣ ਤੋਂ, ਨੁਕਸਾਨ ਹੋਣ ਤੋਂ ਔਰ ਦੁਬਾਰਾ ਹਨੇਰੇ ਵੱਲ ਜਾਣ ਤੋਂ ਬਚਾਇਆ ਜਾ ਸਕੇ।